ਗੱਲੇ ਅਸੀਂ ਚੰਗੀਆਂ, ਆਪਾਂ ਸਾਰੇ ਗੱਲਾਂ ਬਾਤਾਂ ਨਾਲ ਬੜੇ ਚੰਗੇ ਬਣੇ ਹੋਏ। ਮਨੋ ਕਸੁਦਾ ਕਾਲੀਆਂ, ਮਨ ਤੋਂ ਕਾਲੇ ਹੈ, ਮਨ ਤੋਂ ਕਾਲੇ ਹੈ, ਮਨੋ ਕਸੁਦਾ ਕਾਲੀਆਂ, ਬਾਹਰੋਂ ਚਿੱਟਵੀਆਂ, ਬਾਹਰੋਂ ਮੇਰੇ ਮਨ ਚਿੱਟੇ ਕੱਪੜੇ ਪਾ ਕੇ ਭੇਗ ਧਾਰ ਕੇ ਬਣੀਆਂ, ਰੀਸਾਂ ਕਰੇ ਤਨਾਰੀਆਂ, ਰੀਸਾਂ ਉਹਨਾਂ ਦੀਆਂ ਕਰਦੇ ਹਾਂ ਜੋ ਸੇਵਾ ਦਰ ਖੜੀਆਂ, ਜੋ ਪਰਮੇਸ਼ਰ ਦੇ ਪਿਆਰੇ, ਰੱਬ ਦੇ ਪਿਆਰੇ ਭਗਤ ਜਾਂ ਨਾਮ ਜਪਣੇ ਵਾਲੇ ਸਾਧੂ ਸੰਤ, ਉਹਨਾਂ ਦਾ ਭੇਖ ਧਾਰ ਕੇ ਆਪਾਂ ਰੀਸਾਂ ਕਰਦੇ ਹਾਂ, ਨਕਲਾਂ ਕਰਦੇ ਹਾਂ, ਯਾਦ ਰੱਖਣਾ ਉਹਦੇ ਬਾਰੇ ਗੁਰੂ ਬਾਬਾ ਜੀ ਕੀ ਕਹਿੰਦੇ ਨੇ। ਭੇਖ ਧਾਰ ਕੇ ਤੂੰ ਠੱਗੀਆਂ ਮਾਰਦਾ, ਭੇਖ ਧਾਰ ਕੇ, ਭੇਖ ਧਾਰ ਕੇ ਤੂੰ ਠੱਗੀਆਂ ਕੈਂਚੀ ਕੱਟੂਗੀ, ਵਾਸ ਨਰਕ ਮੋਲੀਨ, ਸਿੱਧਾ ਵੱਢ ਕੇ ਤੇਰੇ ਟੋਕਰੇ ਕਰਕੇ ਨਰਕਾਂ ਵਿੱਚ ਸਿੱਟੂਗੀ, ਔਰ ਤੈਨੂੰ ਭੁਗਤਣਾ ਔਖਾ ਹੋ ਜੂ। ਅੰਤ ਦਾ ਸਮਾਂ ਜਦੋਂ ਆਉਣਾ ਨਾ, ਉਹ ਤੈਨੂੰ ਪਤਾ ਨਹੀਂ ਲੱਗਣਾ, ਅੱਜ ਤਾਂ ਯਾਦ ਹੀ ਨਹੀਂ ਆਪਾਂ ਨੂੰ, ਪਹਿਲਾਂ ਲੇਖਾ ਹੀ ਨਹੀਂ ਯਾਦ। ਆਪਾਂ ਮਾਇਆ ਦੇ ਦੌਰ ਦੇ ਵਿੱਚੋਂ ਗੁਜ਼ਰਦੇ ਹਾਂ, ਇਹ ਸ਼ਬਦ ਨਹੀਂ ਯਾਦ ਆਉਂਦਾ ਲੇਖਾ ਕੀ ਚੀਜ਼ ਹੈ। ਜੋ ਮਰਜ਼ੀ ਮਿਲ ਜਾਵੇ ਚੱਕੀ ਜਾਓ, ਘਰ ਨੂੰ ਲਿਆਈ ਜਾਓ, ਜਿੱਥੋਂ ਮਰਜ਼ੀ ਮਿਲ ਜਾਵੇ, ਭਾਵੇਂ ਕੁਛ ਵੀ ਕਰਨਾ ਪਵੇ, ਘਰ ਨੂੰ ਮਾਲ ਆਉਣਾ ਚਾਹੀਦਾ, ਉਹ ਯਾਦ ਹੀ ਨਹੀਂ ਅਤੇ ਸਾਰਾ ਜੀਵਨ ਨਰਕ ਹੋ ਕੇ ਨਿਕਲ ਜਾਂਦਾ। ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੂੰ ਲੇਖਾ ਜੋਖਾ ਯਾਦ ਹੈ, ਉਹ ਰੱਬ ਦੀ ਯਾਦ ਦੇ ਵਿੱਚ ਲੱਗੇ ਰਹਿੰਦੇ ਨੇ, ਯਾਦ ਵਿੱਚ। ਜੇ ਉਹਨਾਂ ਨੂੰ ਯਾਦ ਵਿਛੜ ਜਾਂਦੀ ਹੈ ਨਾ,
ਉਹਨਾਂ ਨੂੰ ਨਹੀਂ ਸਮਾਂ ਲੱਗਦਾ, ਉਹ ਐਂ ਹੋ ਜਾਂਦੇ ਨੇ ਵੀ ਜਿਵੇਂ ਪਾਗਲ ਹੋ ਗਏ ਵੀ ਮੇਰੇ ਕੋਲੋਂ ਕੀ ਖੁਸ਼ ਗਿਆ। ਨਹੀਂਓ ਜੀਵਦੇ ਜਿਹੜੇ ਰਾਮ ਦੇ ਮਾਰ ਦੇਵੇ, ਮੰਤ ਨਾ ਮੰਨੈ ਕੋਈ, ਉਹਦਾ ਕੋਈ ਝਾੜਾ ਫੂਕ ਡਾਕਟਰ ਨਹੀਂ ਇਲਾਜ ਕਰ ਸਕਦਾ। ਜਦੋਂ ਵਿਰਾਗ ਲੱਗ ਜਾਂਦਾ ਪਰਮੇਸ਼ੁਰ ਨੂੰ ਮਿਲਣ ਦਾ, ਅੰਦਰ ਬੜਾ ਕੁਛ ਹੁੰਦਾ ਹੈ। ਡਾਕਟਰਾਂ ਕੋਲ ਜਾਂਦੇ ਨੇ ਕਈ, ਦੇਖਣਾ ਵੀ ਮੇਰਾ ਬੀਪੀ ਘੱਟ ਗਿਆ, ਮੇਰਾ ਕੀ ਹੋ ਗਿਆ, ਮੈਨੂੰ ਆਹ ਨਹੀਂ ਹੁੰਦਾ, ਮੈਨੂੰ ਐਂ ਹੁੰਦਾ, ਮੇਰੇ ਕੰਨਾਂ 'ਚ, ਮੇਰੇ ਸਿਰ ਦੇ ਵਿੱਚ ਫਲਾਨਾ ਧਿੰਦਾ, ਡਾਕਟਰਾਂ ਨੂੰ ਕੱਖ ਨਹੀਂ ਪਤਾ ਲੱਗਦਾ। ਰਾਮ ਬਿਓਗੀ ਨਾ ਜੀ ਹੈ, ਉਹ ਜਿਉਂਦਾ ਨਹੀਂ ਮਹਿਸੂਸ ਕਰਦਾ, ਆਪਣੇ ਆਪ ਨੂੰ ਮਰਿਆ ਹੋਇਆ ਮਹਿਸੂਸ ਕਰਦਾ ਕਿ ਮੇਰੇ ਤੋਂ ਨਾਮ ਵਿਸਰ ਗਿਆ।
ਜੀਏ ਤਾਂ ਬਹੁਰਾ ਹੋਏ, ਹੁਣ ਉਹਦਾ ਜਿਉਣਾ ਜਿਹੜਾ ਹੈ ਪਾਗਲਾਂ ਵਰਗਾ ਹੋ ਗਿਆ। ਉਹਨੂੰ ਪੁੱਛੋ ਬਾਬਾ ਐਂ ਕਿਉਂ ਰਹਿਣਾ, ਉਹ ਕਹਿੰਦਾ ਕਾਹਦਾ ਜੀਵਨ ਤੇਰੇ ਨਾਮ ਤੋਂ ਬਿਨਾਂ, ਸਾਡਾ you